ਚੱਪਰ ਹੈ ਇਹਨੂੰ ਐ ਕਰ ਇਹਨੂੰ ਚੱਕ ਚੱਕ ਕੇ ਉੱਥੇ ਰੱਖ ਦੇ ਚੱਕ ਲੈ ਵੈਰੀ ਗੁੱਡ ਵੀ ਵੈਰੀ ਗੁੱਡ ਬਿਲਕੁਲ ਵੀ ਖਰਾਬ ਨਹੀਂ ਹੋਣੀ ਚਾਹੀਦੀ ਬਈ ਬਿਲਕੁਲ ਵੀ ਅਰਮਾਨ ਵੈਰੀ ਗੁੱਡ ਤੇ ਆ ਥੋੜੀ ਜਿਹੀ ਹੋਰ ਰਹਿ ਗਈ ਇਹਨੂੰ ਵੀ ਚੱਕ ਤੇ ਇਹਨੂੰ ਵੀ ਰੱਖ ਯਾਰ ਬਹੁਤ ਆ ਆਪਣੇ ਰੈਬਿਟਾਂ ਦਾ ਹੋ ਜੂ ਪੇਟ ਫੁੱਲ ਅੱਜ ਰੈਬਿਟਾਂ ਦੀ ਖੁਰਾਕ ਘੱਟ ਤਾਂ ਨਹੀਂ ਪੂਰੀ ਆ ਪੱਕਾ ਓਕੇ ਹਾਂਜੀ ਯਾਰ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਤੁਹਾਨੂੰ ਸਭ ਨੂੰ ਮੁਬਾਰਕਾਂ ਤੇ ਆਹ ਜੋ ਦੁਆਰ ਸੀ ਨਾ ਆਪਣੇ ਇੱਥੇ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਪਤਾ ਤੇ ਆਪਣੇ ਮਜ਼ਦੂਰ ਬਾਈ ਆਏ ਤੇ ਇਹਨਾਂ ਨੇ ਇਹ ਬਿਲਕੁਲ ਜਣਕੀ ਖਤਮ ਕਰਤੀ ਖਤਮ ਜੋ ਇਹਦੀਆਂ ਇੱਟਾਂ ਸੀ ਉਹ ਸਾਈਡ ਤੇ ਕਰਤੀਆਂ ਇਹ ਇੱਟਾਂ ਤੋਂ ਆਪਾਂ ਇੱਕ ਕੰਮ ਲੈਣਾ ਉਹ ਇੱਟਾਂ ਤੋਂ ਕੰਮ ਕੀ ਲੈਣਾ ਅੱਜ ਮੈਂ ਤੁਹਾਨੂੰ ਦੱਸਦਾ ਯਾਰ ਤੇ ਜੋ ਹਨਾ ਆਹ ਆਪਣੀ ਸਾਈਡ ਆ ਇੱਥੇ ਤੇ ਇਦਾਂ ਤੇ ਇਹ ਵਾਲੀ ਸਾਈਡ ਆਪਾਂ ਬਿਲਕੁਲ ਬਿਲਕੁਲ ਹਨਾ ਇਦਾਂ ਕਰਕੇ ਤੇ ਬਿਲਕੁਲ ਬਿਲਕੁਲ ਬੰਦ ਕਰ ਦੇਣੀ ਆ ਤੇ ਫਿਰ ਆਪਣੇ ਸਾਰੇ ਦੇ ਸਾਰੇ ਮੁਰਗੇ ਸਾਰੇ ਕਬੂਤਰ ਸਾਰੇ ਰੈਬਿਟ ਫਿਰ ਆਪਣੇ ਇੱਧਰ ਇੱਧਰ ਰਹਿਣਗੇ ਤੇ ਫਿਰ ਆਪਣਾ ਕੋਈ ਵੀ ਜਾਨਵਰ ਔਰ ਕੋਈ ਵੀ ਪੰਛੀ ਇੱਧਰ ਨਹੀਂ ਜਾਊਗਾ ਤੇ ਇਸ ਕਰਕੇ ਜੋ ਇਹ ਦੀਵਾਰ ਆਪਾਂ ਇੱਥੇ ਇੱਥੇ ਤੱਕ ਕਰ ਦੇਣੀ ਆ ਠੀਕ ਆ ਜੀ ਤੇ ਫਿਰ ਇੱਦਾਂ ਹੋ ਜਾਊਗਾ ਇਹ ਇੱਕ ਛੋਟਾ ਜਿਹਾ ਯਾਰ ਮਿੰਨੀ ਜੂ ਬਣ ਜਾਊਗਾ ਇਹਦਾ ਮਤਲਬ ਇਹ ਹੋ ਜਾਊਗਾ ਤੇ ਇਹ ਹੋ ਜਾਊਗਾ ਸੇਫਟੀ ਰੂਮ ਤੇ ਫਿਰ ਇੱਕ ਆਪਾਂ ਇੱਦਾਂ ਵੀ ਕਰਨਾ ਤੇ ਤੁਸੀਂ ਮੈਨੂੰ ਕਾਫੀ 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 ਜ਼ਿਆਦਾ ਕਮੈਂਟ ਕਰਦੇ ਸੀ ਵੀ ਬਾਈ ਜੋ ਆਪਣੇ ਕਬੂਤਰਾਂ ਦਾ ਘਰ ਆ ਯਾਰ ਸਾਈਡ ਤੇ ਲਹਿਦਾ ਬਣਾ ਤੇ ਉਹ ਕਬੂਤਰਾਂ ਦਾ ਘਰ ਫਿਰ ਆਪਾਂ ਇੱਥੇ ਜਾਂ ਆਪਾਂ ਇੱਥੇ ਜਾਂ ਇੱਥੇ ਕਿਤੇ ਵੀ ਜਿੱਥੇ ਆਪਾਂ ਨੂੰ ਸੈਟਿੰਗ ਲੱਗੀ ਤੇ ਉਹਨਾਂ ਦਾ ਕਬੂਤਰਾਂ ਦਾ ਘਰ ਆਪਾਂ ਸਾਈਡ ਤੇ ਬਣਾਵਾਂਗੇ ਤੇ ਫਿਰ ਇੱਦਾਂ ਹੋ ਜੂ ਆਪਣੇ ਕਬੂਤਰ ਸਾਰੇ ਸਾਈਡ ਤੇ ਹੋ ਜਾਣਗੇ ਜੋ ਹੁਣ ਇਹ ਦੀਵਾਰ ਆ ਇਹ ਦੀਵਾਰ ਯਾਰ ਆਪਾਂ ਨੂੰ ਬਾਈ ਕਰਨੀ ਕਾਫੀ ਜ਼ਰੂਰੀ ਸੀ ਕਿਉਂਕਿ ਆਪਣੇ ਮੁਰਗੇ ਜਦੋਂ ਵੀ ਆਪਾਂ ਗੇਟ ਓਪਨ ਕਰਦੇ ਸੀ ਤਾਂ ਇੱਧਰ ਨੂੰ ਇੱਦਾਂ ਜਾਂਦੇ ਸੀ ਤੇ ਉਹ ਦੂਰ ਬਹੁਤ ਬਹੁਤ ਜ਼ਿਆਦਾ ਦੂਰ ਚਲੇ ਜਾਂਦੇ ਸੀ ਆ ਯਾਰ ਆਪਣੇ ਰੈਬਿਟਾਂ ਦੀ ਖੁਰਾਕ ਇੱਥੇ ਪਈ ਨੂੰ ਕਾਫੀ ਟਾਈਮ ਹੋ ਗਿਆ ਤੇ ਆਪਾਂ ਆਪਣੇ ਰੈਬਿਟਾਂ ਨੂੰ ਪਾ ਦਿੰਦੇ ਹਾਂ ਆ ਲਓ ਯਾਰ ਤੁਹਾਡੀ ਖੁਰਾਕ ਆ ਗਈ ਵੀ ਆ ਗਈ ਤੁਹਾਡੀ ਖੁਰਾਕ ਆ ਜਾਓ ਦੇਖਿਓ ਹੁਣ ਆਪਾਂ ਰੈਬਿਟਾਂ ਨੂੰ ਇੱਦਾਂ ਖੁਰਾਕ ਪਾਈ ਤੇ ਦੇਖੋ ਸਾਰੇ ਦੇ ਸਾਰੇ ਰੈਬਿਟ ਆਏ ਤੇ ਖੁਰਾਕ ਆਪਦੀ ਖਾਣ ਲੱਗ ਗਏ ਯਾਰ ਇਹਦਾ ਮਤਲਬ ਇਹੀ ਹੋਇਆ ਵੀ ਆਪਣੇ ਰੈਬਿਟਾਂ ਨੂੰ ਕਾਫੀ ਭੁੱਖ ਲੱਗੀ ਹੋਈ ਹੈ ਯਾਰ ਤੇ ਕੁਛ ਕੁ ਖੁਰਾਕ ਰਹਿ ਗਈ ਤੇ ਤਕਰੀਬਨ ਉਹ ਵੀ ਆਪਾਂ ਚੱਕਦੇ ਹਾਂ ਤੇ ਉਹ ਵੀ ਯਾਰ ਪਾਉਂਦੇ ਹਾਂ ਹਨਾ ਕਿਉਂਕਿ ਬਈ ਆਪਾਂ ਇਹ ਚਾਹੁੰਦੇ ਹਾਂ ਵੀ ਆਪਣੇ ਰੈਬਿਟਾਂ ਦਾ ਪੇਟ ਪੂਰਾ ਫੁੱਲ ਹੋਵੇ ਯਾਰ ਬਸ ਆਹ ਖੁਰਾਕ ਤੇ ਹੀ ਯਾਰ ਇੰਨੀ ਖਾ ਕਿਉਂਕਿ ਬਈ ਇਹ ਤੇ ਮਿਹਨਤ ਬਹੁਤ ਆਉਂਦੀ ਆ ਇਦਾਂ ਤੇ ਇੱਕ ਯਾਰ ਮੈਂ ਤੁਹਾਨੂੰ ਕੁਛ ਦਿਖਾਉਣਾ ਤੇ ਮੈਂ ਤੁਹਾਨੂੰ ਇਹ ਦਿਖਾਉਣਾ ਤੇ ਆਹ ਦੇਖੋ ਨਾ ਜੋ ਆਪਣੀ ਆਹ ਰੈਬਿਟ ਫੀਮੇਲ ਤੇ ਇਹਦੇ ਜੋ ਬਾਲ ਹਨਾ ਤੇ ਬਾਲ ਦੇਖੋ ਯਾਰ ਤਕਰੀਬਨ ਕਾਫੀ ਆਪਦੇ ਬਾਲ ਲਾਹ ਚੁੱਕੇ ਆ ਦੇਖੋ ਤੇ ਇਹਦਾ ਮਤਲਬ ਇਹੀ ਹੋਇਆ ਵੀ ਜਾਂ ਤਾਂ ਇਹ ਰੈਬਿਟ ਫੀਮੇਲ ਨੇ ਬੱਚੇ ਦੇਣੇ ਆ ਤੇ ਜਾਂ ਇਹ ਰੈਬਿਟ ਫੀਮੇਲ ਬੱਚੇ ਦੇ ਚੁੱਕੀ ਆ ਤੇ ਇਹ ਰੈਬਿਟ ਫੀਮੇਲ ਉਸ ਹੋਲ ਦੇ ਵਿੱਚ ਬਹੁਤ ਜ਼ਿਆਦਾ ਜਾਂਦੀ ਆ ਯਾਰ ਮੈਨੂੰ ਲੱਗਦਾ ਇਸ ਰੈਬਿਟ ਫੀਮੇਲ ਨੇ ਦੁਬਾਰਾ ਬੱਚੇ ਦੇਤੇ ਯਾਰ ਇਹ ਤਾਂ ਹੁਣ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੂਗਾ ਜੋ ਜੋ ਬੱਚੇ ਬਾਹਰ ਆਉਣਗੇ ਹਨਾ ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਇਹ ਰੈਬਿਟ ਫੀਮੇਲ ਨੇ ਤਕਰੀਬਨ ਟੋਟਲ ਕਿੰਨੇ ਬੱਚੇ ਦਿੱਤੇ ਤੁਸੀਂ ਵੀ ਕਿੱਦਾਂ ਸਤਿ ਸ਼੍ਰੀ ਅਕਾਲ ਉਹ ਰੈਬਿਟ ਲੈਣੇ ਬੱਚੇ ਲੈਣੇ ਰੈਬਿਟ ਤੇ ਤੁਹਾਨੂੰ ਮੈਂ ਇੱਕ ਤੇ ਹਾਂ ਅੱਜ 1 ਤਰੀਕ ਹੋ ਗਈ ਹੈ ਨਾ ਓਹੋ ਠੀਕ ਆ ਯਾਰ ਅੱਜ ਤਰੀਕ ਵੀ 1 ਹੋ ਗਈ ਤੇ ਇਹਨੂੰ ਆਪਾਂ ਕਿਹਾ ਸੀ ਵੀ ਤੂੰ 1 ਤਰੀਕ ਨੂੰ ਆਈ ਤੇ ਤੈਨੂੰ ਦੋ ਚਾਹੀਦੇ ਦੋ ਹਨ ਦੋ ਚਾਹੀਦੇ ਤੇ ਇਹ ਅਰਮਾਨ ਦਾ ਦੋਸਤ ਆ ਗਿਆ ਤੇ ਇਹਨੂੰ ਫਿਰ ਆਪਾਂ ਇਦਾਂ ਕਰਦੇ ਆ ਦੋ ਰੈਬਿਟ ਇਦਾਂ ਕਰਦੇ ਆ ਤੇ ਹੱਲੇ ਆ ਰੈਬਿਟ ਖੁਰਾਕ ਖਾਂਦੇ ਆ ਤੇ ਇਹਨਾਂ ਦਾ ਪੇਟ ਥੋੜਾ ਜਿਹਾ ਫੁੱਲ ਹੋ ਜੇ ਫਿਰ ਮੈਂ ਤੈਨੂੰ ਇਹਦੇ ਵਿੱਚ ਲੈ ਕੇ ਜਾਣਾ ਫਿਰ ਮੈਂ ਤੈਨੂੰ ਇਹਦੇ ਵਿੱਚ ਪਾ ਕੇ ਦੇ ਦੇਣਾ ਤੇ ਲੈ ਜੀ ਠੀਕ ਆ ਓਕੇ ਡਨ ਤੇ ਚਲੋ ਕੋਈ ਗੱਲ ਨਹੀਂ ਤੇ ਹੋਰ ਆਪਣਾ ਤੇ ਦੇਖੋ ਯਾਰ ਛੋਟੇ ਰੈਬਿਟ ਵੀ ਆ ਗਏ ਤੇ ਹੁਣ ਮੈਂ ਇਹ ਕਨਫਿਊਜ਼ ਹੋ ਗਿਆ ਤੇ ਇਹ ਰੈਬਿਟ ਤਾਂ ਲੈਣ ਆਏ ਵੀ ਇਹਨਾਂ ਨੂੰ ਆਪਾਂ ਰੈਬਿਟ ਕਿਹੜੇ ਦਈਏ ਯਾਰ ਵੀ ਛੋਟੇ ਦਈਏ ਜਾਂ ਵੱਡੇ ਦਈਏ ਇਦਾਂ ਕਰਦੇ ਆ ਇੱਕ ਰੈਬਿਟ ਇਹਨਾਂ ਨੂੰ ਛੋਟਾ ਦੇ ਦਿੰਨੇ ਆ ਇੱਕ ਰੈਬਿਟ ਇਹਨਾਂ ਨੂੰ ਵੱਡਾ ਦੇ ਦਿੰਨੇ ਆ ਫਿਰ ਆਪਣੇ ਕੋ ਵੀ ਕੁਛ ਇਦਾਂ ਹੀ ਹੋ ਜਾਊਗਾ ਆਪਣੇ ਕੋ ਵੀ ਇੱਕ ਰੈਬਿਟ ਛੋਟਾ ਰਹਿ ਜਾਊਗਾ ਤੇ ਇੱਕ ਰੈਬਿਟ ਵੱਡਾ ਰਹਿ ਜਾਊਗਾ ਯਾਰ ਤੇ ਇੱਕ ਆ ਦੇ ਦਾਂਗੇ ਤੈਨੂੰ ਤੇ ਇੱਕ ਆ ਦੇ ਦਾਂਗੇ ਦੋਨੋਂ ਦੇ ਦਾਂਗੇ ਠੀਕ ਆ ਓਕੇ ਤੇ ਕੇਅਰ ਪੂਰੀ ਕਰਨੀ ਆ ਹਾਂ ਤੇ ਆ ਯਾਰ ਹਨਾ ਤੇ ਜੋ ਆਹ ਕੱਪੜਾ ਇਹ ਕੱਪੜਾ ਮੈਂ ਇਸੇ ਕਰਕੇ ਲਾਇਆ ਵੀ ਫਿਰ ਜਦੋਂ ਆਪਾਂ ਇਦਾਂ ਇਹਨੂੰ ਹਨਾ ਗੇਟ ਨੂੰ ਇਦਾਂ ਕਰਕੇ ਬੰਦ ਕਰਦੇ ਆ ਹਨਾ ਤੇ ਇਹ ਕੱਪੜਾ ਫਿਰ ਇਦਾਂ ਰਹਿ ਜਾਂਦਾ ਤੇ ਫਿਰ ਜੋ ਆਪਣੇ ਬਜੀਸ ਨੇ ਉਹ ਬਾਹਰ ਨਹੀਂ ਜਾ ਸਕਦੇ ਤੇ ਬਾਈ ਚਾਂਸ ਜੇ ਕੱਪੜਾ ਨਹੀਂ ਹੋਊਗਾ ਤਾਂ ਹੋਲ ਰਹਿ ਜਾਂਦਾ ਇੱਥੇ ਜੀ ਬਜੀਸ ਬਾਹਰ ਜਾ ਸਕਦੇ ਆ ਇਸੇ ਕਰਕੇ ਫਿਰ ਆਪਾਂ ਆਹ ਕੱਪੜਾ ਇਦਾਂ ਲਾਤਾ ਯਾਰ ਤੇ ਇੱਕ ਮੈਂ ਤੁਹਾਨੂੰ ਕੁਛ ਹੋਰ ਵੀ ਦਿਖਾਉਣਾ ਯਾਰ
ਤੇ ਜੋ ਕੱਲ ਆਪਾਂ ਬਜੀਸ ਲੈ ਕੇ ਆਉਂਦੇ ਸੀ ਆਪਾਂ ਨੂੰ ਕਾਫੀ ਡਰ ਸੀ ਵੀ ਇਹ ਕਿੱਦਾਂ ਖਾਣਗੇ ਆਪਦੀ ਖੁਰਾਕ ਕਿੱਦਾਂ ਖਾਣਗੇ ਹਨਾ ਵੀ ਇਹ ਪਤਾ ਨਹੀਂ ਖਾਣਗੇ ਪਤਾ ਨਹੀਂ ਖਾਣਗੇ ਉਹ ਦੇਖੋ ਯਾਰ ਤੇ ਆਪਾਂ ਬਜੀਸ ਦੀ ਖੁਰਾਕ ਹਨਾ ਤੇ ਜੋ ਮੁਰਗੇ ਜਿਹਦੇ ਵਿੱਚ ਮੁਰਗਿਆਂ ਨੂੰ ਖੁਰਾਕ ਪਾਉਂਦੇ ਹੁੰਦੇ ਆ ਉਹਦੇ ਵਿੱਚ ਪਾਤੀ ਸੀ ਤੇ ਬਜੀਸ ਦੇਖੋ ਤਿੰਨ ਦੇ ਤਿੰਨੋਂ ਇਸ ਵਕਤ ਆਪਦੀ ਖੁਰਾਕ ਖਾ ਰਹੇ ਆ ਉਹਦੇ ਇਹ ਤਾਂ ਯਾਰ ਵਧੀਆ ਹੋ ਗਿਆ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਵੀ ਜੋ ਸਾਡੀ ਖੁਰਾਕ ਇੱਥੇ ਆ ਤੇ ਜੋ ਸਾਡਾ ਪੇਟ ਅਸਲ ਦੇ ਵਿੱਚ ਇੱਥੇ ਫੁੱਲ ਹੋਊਗਾ ਇਹ ਹੁਣ ਇੱਥੇ ਉੱਡਦੇ ਆ ਪੂਰਾ ਜਾਣ ਕੇ ਆਪਦਾ ਇੰਜੋਏ ਕਰਦੇ ਇਹਦਾ ਮਤਲਬ ਆਪਣੇ ਬਜੀਸ ਪੂਰੇ ਖੁਸ਼ ਨੇ ਯਾਰ ਤੇ ਇੱਕ ਬਜੀਸ ਆਪਣਾ ਆ ਬੈਠਾ ਇਹ ਵਧੀਆ ਹੋ ਗਿਆ ਯਾਰ ਤੇ ਕੱਲ ਆਪਣੇ ਮੁਰਗੇ ਆਪਦੀ ਖੁਰਾਕ ਪੂਰੀ ਨਹੀਂ ਖਾ ਸਕੇ ਕਿਉਂਕਿ ਇਸ ਕਰਕੇ ਨਹੀਂ ਖਾ ਸਕੇ ਆਪਾਂ ਇਹਨਾਂ ਨੂੰ ਯਾਰ ਖੋਲਣ ਦੇ ਵਿੱਚ ਲੇਟ ਹੋ ਗਏ ਸੀ ਅੱਜ ਆਪਣੇ ਕੋਲ ਟਾਈਮ ਪੂਰਾ ਤੇ ਅੱਜ ਆਪਾਂ ਆਪਣੇ ਮੁਰਗੇ ਸਾਰੇ ਟਾਈਮ ਨਾਲ ਓਪਨ ਕਰਦੇ ਫਿਰ ਇਹ ਆਪਦੀ ਖੁਰਾਕ ਖਾਣਗੇ ਤੇ ਆਪਦਾ ਬਈ ਪੇਟ ਫੁੱਲ ਕਰਨਗੇ ਯਾਰ ਅੱਜੋ ਅੱਜੋ ਯਾਰ ਤੇ ਹੁਣ ਇੱਕ ਹੋਰ ਯਾਰ ਹਨਾ ਤੇ ਜੋ ਆਪਣੇ ਹੁਣ ਆ ਮੁਰਗੇ ਨੇ ਤੇ ਜਦੋਂ ਆਪਾਂ ਇੱਦਾਂ ਇਹਨਾਂ ਦਾ ਗੇਟ ਓਪਨ ਕਰਦੇ ਹਾਂ ਹਨਾ ਤੇ ਆਹ ਦੇਖੋ ਸਾਰੇ ਦੇ ਸਾਰੇ ਮੁਰਗੇ ਦੇਖੋ ਇੱਦਾਂ ਜਾਂਦੇ ਆ ਤੇ ਜਦੋਂ ਇੱਥੇ ਇੱਦਾਂ ਦੁਆਰ ਹੋ ਜੂਗੀ ਹੈ ਨਾ ਫਿਰ ਕੋਈ ਵੀ ਆਪਣਾ ਮੁਰਗਾ ਇੱਧਰ ਨਹੀਂ ਜਾਊਗਾ ਨਾ ਤੇ ਆਪਣੇ ਰੈਬਿਟਾਂ ਦਾ ਹੋਲ ਦੇਖੋ ਯਾਰ ਕਿੰਨਾ ਜ਼ਿਆਦਾ ਅੱਗੇ ਨੂੰ ਆ ਤੇ ਇਹਦੇ ਵਿੱਚ ਹੁਣ ਮੈਂ ਕੈਮਰਾ ਪਾ ਕੇ ਦੇਖਣ ਲੱਗਿਆ ਵੀ ਇਸ ਵਕਤ ਬੱਚੇ ਹੈ ਜਾਂ ਨਹੀਂ ਯਾਰ ਨਹੀਂ ਯਾਰ ਇਹ ਤਾਂ ਜੋ ਆਪਣੇ ਰੈਬਿਟਾਂ ਦਾ ਹੋਲ ਬਈ ਬਹੁਤ ਬਹੁਤ ਜ਼ਿਆਦਾ ਅੱਗੇ ਤੱਕ ਆ ਇੱਦਾਂ ਆਪਾਂ ਨੂੰ ਰੈਬਿਟਾਂ ਦੇ ਬੱਚੇ ਨਹੀਂ ਦੇਣੇ ਹਨਾ ਅਤੇ ਰੈਬਿਟਾਂ ਦੇ ਬੱਚੇ ਆਪਾਂ ਨੂੰ ਉਦੋਂ ਦੇਣਗੇ ਅਤੇ ਜਦੋਂ ਫਿਲਹਾਲ ਥੋੜ੍ਹੇ ਥੋੜ੍ਹੇ ਵੱਡੇ ਹੋਏ ਫਿਰ ਬਾਹਰ ਆਉਣਗੇ ਫਿਰ ਆਪਾਂ ਨੂੰ ਆਪਣੇ ਰੈਬਿਟਾਂ ਦੇ ਬੱਚੇ ਦਿਖਣਗੇ ਯਾਰ ਕੀ ਹਾਲ ਆ ਹੋਰ ਬਈ ਠੀਕ ਠਾਕ ਇੱਥੇ ਆਪਾਂ ਉਹ ਬਣਾਉਣਾ ਕਬੂਤਰਾਂ ਦਾ ਘਰ ਆਜੋ ਤੇ ਯਾਰ ਪਤਾ ਕੀ ਹੋਇਆ ਤੇ ਮਿਸਤਰੀ ਆ ਗਿਆ ਸੀ ਲੱਕੜ ਵਾਲਾ ਤੇ ਉਹ ਆਇਆ ਤੇ ਉਹ ਜੋ ਆਪਣੇ ਮੁਰਗਿਆਂ ਵਾਲਾ ਤੇ ਸੋਰੀ ਜੋ ਆਪਣੇ ਕਬੂਤਰ ਵਾਲਾ ਘਰ ਆ ਨਾ ਤੇ ਉਹ ਜੇ ਬੈਕ ਸਾਈਡ ਵਾਲੇ ਖਾਨੇ ਆ ਵੀ ਜਿਹਦੇ ਵਿੱਚ ਆਪਣੇ ਕਬੂਤਰ ਬਹਿਣਗੇ ਤੇ ਉਹ ਦੇਖਣ ਆਇਆ ਸੀ ਵੀ ਕਿੱਦਾਂ ਕਰਕੇ ਬਣਾਉਣੇ ਆ ਤੇ ਆਹ ਖੜਾ ਯਾਰ ਇਹ ਵਿਚਾਰਾ ਮੇਰੀ ਵੇਟ ਕਰ ਰਿਹਾ ਕਿੱਥੇ ਨੇ ਰੈਬਿਟ ਉਹ ਮੁਰਗੇ ਸਾਰੇ ਇੱਧਰ ਆ ਗਏ ਇੱਧਰ ਕਿਉਂ ਆਏ ਨੇ ਇਹਨਾਂ ਨੂੰ ਉੱਧਰ ਭੇਜੋ ਯਾਰ ਤੂੰ ਆਜੋ ਵੈਰੀ ਗੁੱਡ ਹਾਂ ਲਾ ਕਰ ਦੇ ਹਾਂ ਬਸ ਬਾਕੀ ਉੱਧਰ ਨੇ ਅਰਮਾਨ ਜਾਓ ਇਹਨੂੰ ਲੈ ਕੇ ਜਾਓ ਉੱਧਰ ਸਭ ਨੂੰ ਲੈ ਜਾ ਚਲੋ ਵੀ ਚਲੋ ਉੱਧਰ ਚਲੋ ਗਏ ਸ਼ੁਕਰ ਆ ਯਾਰ ਹੁਣ ਆਪਣੇ ਸਾਰੇ ਦੇ ਸਾਰੇ ਮੁਰਗੇ ਆਪਾਂ ਦੁਬਾਰਾ ਇੱਧਰ ਨੂੰ ਲੈ ਕੇ ਚੱਲੇ ਆ ਕਿਉਂ ਇੱਧਰ ਕਾਹਤੇ ਲੈ ਗਏ ਸੀ ਵੀ ਤੁਸੀਂ ਹੈ ਜ਼ਿਆਦਾ ਖੁਰਾਕ ਜਿੰਨਾ ਚਿਰ ਪੂਰੀ ਆਪਦੀ ਖੁਰਾਕ ਨਹੀਂ ਖਾਂਦੇ ਓਨਾ ਟਾਈਮ ਇੱਧਰ ਹੀ ਨਹੀਂ ਲੈ ਕੇ ਜਾਣੇ ਸਮਝਿਆ ਇੱਦਾਂ ਹਾਂ ਜਾ ਲੈ ਕੇ ਚੱਲੇ ਆ ਹੁਣ ਕੇਅਰ ਕਰੇਗਾ ਪੂਰੀ ਪ੍ਰੋਪਰ ਯਾਰ ਤੁਸੀਂ ਵੀ ਮੈਨੂੰ ਇਹੀ ਸਾਰੇ ਕਮੈਂਟ ਕਰਦੇ ਹੋ ਵੀ ਬਾਈ ਇਹਨੂੰ ਰੈਬਿਟ ਦੇ ਬੱਚੇ ਦੇ ਤੇ ਆਹ ਫੜ ਤੇ ਇੱਕ ਮੇਲ ਆ ਔਰ ਇੱਕ ਫੀਮੇਲ ਆ ਹੁਣ ਜੇ ਤੂੰ ਇਹਨਾਂ ਦੀ ਪ੍ਰੋਪਰ ਕੇਅਰ ਕਰੇਗਾ ਤੇਰੇ ਕੋਲ ਅੱਗੇ ਬੱਚੇ ਦੇਣਗੇ ਫਿਰ ਤੂੰ ਬੱਚਿਆਂ ਦੀ ਕੇਅਰ ਕਰੇਗਾ ਅੱਗੇ ਹੋਰ ਬੱਚੇ ਦੇਣਗੇ ਜੇ ਤੂੰ ਉਹਨਾਂ ਦੀ ਕੇਅਰ ਕਰੇਗਾ ਅੱਗੇ ਹੋਰ ਬੱਚੇ ਦੇਣਗੇ ਫਿਰ ਉਸ ਤੋਂ ਬਾਅਦ ਥੋੜ੍ਹੇ ਥੋੜ੍ਹੇ ਕਰਕੇ ਜੇ ਨਾ ਰੱਖੋ ਤਾਂ ਮੈਨੂੰ ਦੇ ਦੇ ਠੀਕ ਆ ਆ ਲੈ ਓਕੇ ਕਿੰਨੇ ਆ ਦੋ ਨੇ ਆਹ ਦੋ ਨੇ ਯਾਰ ਤੇ ਆਹ ਮੇਲ ਆ ਆਹ ਫੀਮੇਲ ਆ ਠੀਕ ਆ ਹਾਂ ਆਪਣੇ ਕੋਲ ਯਾਰ ਸਿਰਫ ਦੋ ਬੱਚੇ ਰਹਿ ਗਏ ਇੱਕ ਆ ਤੇ ਇੱਕ ਆ ਹਾਂ ਦੇਤੇ ਹੈ ਨਾ ਬੱਚੇ ਇੱਦਾਂ ਹੀ ਹੈ ਨਾ ਹਾਂ ਸਹੀ ਆ ਯਾਰ ਇਹ ਵੀ ਇੱਦਾਂ ਹੀ ਕਹਿੰਦਾ ਵੀ ਇਹਨੇ ਬੱਚੇ ਦੇਤੇ ਤੇ ਹੁਣ ਦੇਖਦੇ ਆ ਵੀ ਜਾਂ ਦੇਣ ਵਾਲੀ ਆ ਜਾਂ ਦੇਤੇ ਹੈ ਨਾ ਤੇ ਮੈਂ ਵੀ ਤੁਹਾਨੂੰ ਇਹੀ ਦੱਸ ਕੇ ਹਟਿਆ ਨਾ ਵੀ ਜਾਂ ਬੱਚੇ ਦੇਤੇ ਜਾਂ ਦੇਣੇ ਵਾਲੀ ਆ ਤੇ ਹੁਣ ਦੇਖਦੇ ਆ ਵੀ ਇਹਦੇ ਬੱਚੇ ਤਕਰੀਬਨ ਕਿੰਨੇ ਕੁ ਦਿਨਾਂ ਬਾਅਦ ਬਾਹਰ ਆਉਂਦੇ ਆ ਅਰਮਾਨ ਫਿਰ ਉਹ ਬੱਚੇ ਤਾਂ ਨੀ ਕਿਸੇ ਹੋਰ ਨੂੰ ਦੇਣੇ ਵੀ ਦੱਸ ਦੇ ਜੇ ਕੋਈ ਪਹਿਲਾਂ ਕੋਈ ਗੱਲਬਾਤ ਕਿਸੇ ਨਾਲ ਕਰੀ ਹੋਈ ਆ ਨਹੀਂ ਕਰੀ ਹੋਈ ਓਕੇ ਆ ਅਰਮਾਨ ਨੇ ਯਾਰ ਆ ਜਾਲ ਅੱਗੇ ਲਾਤਾ ਇਹਦੇ ਹੋਲ ਦੇ ਅੱਗੇ ਜਾਲ ਓਨਾ ਟਾਈਮ ਅੱਗੇ ਤੋਂ ਅਰਮਾਨ ਨਹੀਂ ਲਾਉਣਾ ਜਿੰਨਾ ਟਾਈਮ ਆਪਣੇ ਸਾਰੇ ਵੱਡੇ ਰੈਬਿਟ ਇੱਧਰ ਨੇ ਠੀਕ ਆ ਤੇ ਜਦੋਂ ਆਪਣੇ ਯਾਰ ਵੱਡੇ ਰੈਬਿਟ ਉੱਧਰ ਜਾਂਦੇ ਆ ਫਿਰ ਆਪਾਂ ਉਰੇ ਜਾਲ ਲਾਉਂਦੇ ਹਾਂ ਕਿਉਂਕਿ ਫਿਰ ਆਪਾਂ ਨੂੰ ਇਹ ਹੁੰਦਾ ਛੋਟੇ ਰੈਬਿਟ ਆਪਾਂ ਫੜਨੇ ਹੁੰਦੇ ਆ ਨਾ ਵੀ ਛੋਟੇ ਰੈਬਿਟ ਇੱਧਰ ਨਾ ਜਾਣ ਇਸ ਕਰਕੇ ਜਾਲ ਲਾਉਂਦੇ ਆ ਅਰਮਾਨ ਨੇ ਅੱਜ ਪਹਿਲਾਂ ਹੀ ਲਾਤਾ ਰੈਬਿਟ ਦਾ ਯਾਰ ਆਪਾਂ ਨੂੰ ਖੁਦ ਫੜਨੇ ਪੈਂਦੇ ਆ ਖੁਦ ਇੱਦਾਂ ਫੜ ਕੇ ਨਾ ਫਿਰ ਅੰਦਰ ਕਰਨੇ ਪੈਂਦੇ ਆ ਫਿਲਹਾਲ ਹਲੇ ਛੋਟੇ ਆ ਬੱਚੇ ਆ ਤੇ ਜੋ ਜੋ ਵੱਡੇ ਹੋਣਗੇ ਫਿਰ ਉਹਨਾਂ ਨੂੰ ਪਤਾ ਲੱਗਦਾ ਰਹੂਗਾ ਵੀ ਅਸੀਂ ਵੀ ਜਿੱਦਾਂ ਸਾਡੇ ਮਾਂ ਔਰ ਬਾਪ ਅੰਦਰ ਜਾਂਦੇ ਆ ਇੱਦਾਂ ਤੁਰ ਕੇ ਫਿਰ ਅਸੀਂ ਵੀ ਆਪ ਖੁਦ ਤੁਰ ਕੇ ਜਾਈਏ ਫਿਰ ਵਧੀਆ ਹੋ ਜੂਗਾ ਯਾਰ ਤੇ ਹੁਣ ਇੱਦਾਂ ਬਾਈ ਫੜਨੇ ਪੈਂਦੇ ਆ ਤੇ ਇੱਕ ਆ ਤੇ ਇੱਕ ਬਾਈ ਦੇ ਹੱਥ 'ਚ ਤੇ ਇੱਕ ਅਰਮਾਨ ਦੇ ਹੱਥ 'ਚ ਤੇ ਬਸ ਹੁਣ ਤਾਂ ਆਪਣੇ ਕੋਲ ਸਿਰਫ ਇਹ ਦੋ ਰੈਬਿਟਾਂ ਦੇ ਬੱਚੇ ਰਹਿ ਗਏ ਫਿਲਹਾਲ ਕੋਈ ਗੱਲ ਨਹੀਂ ਤੇ ਮੈਨੂੰ ਲੱਗਦਾ ਉਹ ਰੈਬਿਟ ਫੀਮੇਲ ਨੇ ਬੱਚੇ ਦੇਤੇ ਯਾਰ ਤੇ ਆਪਣੇ ਕੋਲ ਉਹ ਵੀ ਬੱਚੇ ਤਕਰੀਬਨ ਥੋੜ੍ਹੇ ਕੁ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣਗੇ ਤੁਸੀਂ ਸਾਰਿਆਂ ਨੇ ਇਹ ਦੁਆ ਕਰਨੀ ਆ ਵੀ ਜੋ ਰੈਬਿਟ ਫੀਮੇਲ ਦੇ ਬੱਚੇ ਆ ਬਿਲਕੁਲ 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 ਠੀਕ ਠਾਕ ਹੋਣ
ਕਿਸੇ ਨੂੰ ਵੀ ਯਾਰ ਕੁਛ ਵੀ ਨਾ ਹੋਇਆ ਹੋਵੇ। ਅਤੇ ਵੀਡੀਓ ਦਾ ਆਪਾਂ ਇੱਥੇ ਐਂਡ ਕਰ ਦਿੰਦੇ ਹਾਂ ਯਾਰ। ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਆਪਣੇ ਚੈਨਲ ਨੂੰ ਯਾਰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾ ਕਰੇ ਅਤੇ ਤੁਸੀਂ ਆਪਣੀ ਵੀਡੀਓ ਨੂੰ ਯਾਰ ਦੇਖ ਸਕੋ। ਓਕੇ ਬਾਏ ਯਾਰ। ਅਤੇ ਅੱਜ ਆਪਾਂ ਅਰਮਾਨ ਦੇ ਫਰੈਂਡ ਦਾ ਜੋ ਵਾਅਦਾ ਸੀ ਅਤੇ ਉਹਨੂੰ ਆਪਾਂ ਕਿਹਾ ਸੀ ਤੈਨੂੰ ਇੱਕ ਤਰੀਕ ਨੂੰ ਆਪਾਂ ਰੈਬਿਟ ਫੀਮੇਲ ਦੇ ਬੱਚੇ ਦੇਵਾਂਗੇ ਅਤੇ ਉਹ ਆਪਾਂ ਰੈਬਿਟਾਂ ਦੇ ਉਹਨੂੰ ਬੱਚੇ ਦਿੱਤੇ ਅਤੇ ਉਹ ਬਾਈ ਆਪਾਂ ਆਪਣਾ ਵਾਅਦਾ ਪੂਰਾ ਕਰਿਆ। ਅਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਇੱਦਾਂ ਹੀ ਕਹਿੰਦੇ ਸੀ ਵੀ ਬਾਈ ਉਹਨੂੰ ਬੱਚੇ ਦੇ ਕੋਈ ਗੱਲ ਨਹੀਂ ਜੇ ਰੱਖਦਾ ਤਾਂ ਉਹਨੂੰ ਰੱਖ ਲੈਣ ਦੇ। ਫਿਰ ਮੈਂ ਤੁਹਾਡੀ ਵੀ ਗੱਲ ਮੰਨੀ ਅਤੇ ਆਪਣਾ ਵਾਅਦਾ ਵੀ ਪੂਰਾ ਕਰਿਆ ਅਤੇ ਹੁਣ ਅਰਮਾਨ ਵੀ ਖੁਸ਼ ਅਤੇ ਅਰਮਾਨ ਦਾ ਫਰੈਂਡ ਵੀ ਖੁਸ਼। ਯਾਰ ਇੱਦਾਂ ਹੁੰਦਾ ਬਾਈ, ਇੱਦਾਂ ਯਾਰ।